ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਚੈਨਲ ਉਹਨਾਂ ਖਾੜਕੂ ਸਿੰਘਾਂ ਦਾ ਇਤਿਹਾਸ ਦੱਸਣ ਲਈ ਬਣਾਇਆ ਹੈ ਜਿਨ੍ਹਾਂ ਦਾ ਜਾਂ ਤਾਂ ਬਹੁਤ ਘੱਟ ਜ਼ਿਕਰ ਕੀਤਾ ਜਾਂਦਾ ਜਾਂ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹਨ। ਸੋ ਆਪਣੇ ਸੂਰਬੀਰ ਯੋਧਿਆਂ ਦਾ ਇਤਿਹਾਸ ਸਰਵਣ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜੋ। ਨਰਕਧਾਰੀ ਆਗੂ ਗੁਰਬਚਨੇ ਅਤੇ ਉਸਦੀ ਗੈਂਗ ਵੱਲੋਂ 13 ਸਿੰਘਾਂ ਦੇ ਕਤਲ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦਾ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਹੋਇਆ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ 1978 ਦੇ ਸਿੱਖ ਕਤਲੇਆਮ ਦੇ ਜ਼ਿੰਮੇਵਾਰ ਨਰਕਧਾਰੀਆਂ ਨੂੰ ਇੱਕ ਇੱਕ ਕਰਕੇ ਖਤਮ ਕਰਨਾ ਸ਼ੁਰੂ ਕੀਤਾ। ਗੁਰਬਚਨੇ ਨੇ 7 ਸਤਾਰੇ ਤਿਆਰ ਕੀਤੇ ਸਨ ਜਿਨ੍ਹਾਂ ਨੂੰ ਨਰਕਧਾਰੀਆਂ ਨੇ ਉਨਾ ਹੀ ਸਤਿਕਾਰ ਦਿੱਤਾ ਜਿਨ੍ਹਾਂ ਸਿੱਖ 5 ਪਿਆਰਿਆਂ ਨੂੰ ਦਿੰਦੇ ਹਨ। 7 ਸਤਾਰਿਆਂ ਵਿੱਚੋਂ ਇੱਕ ਸੀ ਰੋਸ਼ਨ ਸਤਾਰਾ, ਜੋ ਸਿੱਖਾਂ ਵਿਰੁੱਧ ਜ਼ਹਿਰ ਉਗਲਦਾ ਸੀ ਅਤੇ ਆਪਣੇ ਗਰੋਹਾਂ ਨੂੰ ਸਿੱਖਾਂ 'ਤੇ ਹਮਲਾ ਕਰਨ ਲਈ ਉਤਸ਼ਾਹਿਤ ਕਰਦਾ ਸੀ। 27 ਅਕਤੂਬਰ 1982 ਨੂੰ ਰੋਸ਼ਨ ਸਤਾਰਾ ਪਿੰਡ ਨੰਗਲਖਾਨਾ ਵਿੱਚ ਆਪਣੇ ਘਰ ਸੀ। ਪੁਲਿਸ ਦੀ ਵਰਦੀ 'ਚ ਭਾਈ ਸੁਰਿੰਦਰ ਸਿੰਘ ਸੋਢੀ, ਭਾਈ ਲਾਭ ਸਿੰਘ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਕੱਕੜ, ਇਹ ਤਿੰਨੇ ਸਿੰਘ ਮੋਟਰਸਾਈਕਲ 'ਤੇ ਆਏ। ਰੋਸ਼ਨ ਸਤਾਰੇ ਨੇ ਸੋਚਿਆ ਕਿ ਇਹ ਹੁਸ਼ਿਆਰਪੁਰ ਪੁਲਿਸ ਹੈ। ਉਹਨੇ ਤਿੰਨਾਂ ਸਿੰਘਾਂ ਨੂੰ ਪੁਲਿਸ ਵਾਲੇ ਸਮਝ ਕੇ ਨਮਸਕਾਰ ਕੀਤੀ ਅਤੇ ਬੈਠਣ ਲਈ ਕਿਹਾ। ਮੋਟਰਸਾਈਕਲ ਦੇ ਪਿੱਛੇ ਬੈਠੇ ਸਿੰਘ ਨੇ ਕਿਹਾ, ਅਸੀਂ ਹੁਸ਼ਿਆਰਪੁਰ ਤੋਂ ਆਏ ਹਾਂ, ਸਾਡੀ ਡਿਊਟੀ ਨੇੜਲੇ ਪਿੰਡ ਵਿੱਚ ਹੈ, ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਸਾਨੂੰ ਦੱਸੋ। ਰੋਸ਼ਨ ਸਤਾਰੇ ਨੇ ਕਿਹਾ, ਸਤਿਗੁਰੂ ਦੀ ਕਿਰਪਾ ਨਾਲ ਕੋਈ ਮੇਰੇ ਵੱਲ ਬੁਰੀ ਨਜ਼ਰ ਨਾਲ ਨਹੀਂ ਵੇਖ ਸਕਦਾ, ਆਓ ਬੈਠੋ ਅਤੇ ਚਾਹ ਪੀਓ। ਸ਼ਾਮ ਦਾ ਵੇਲਾ ਸੀ। ਸਿੰਘਾਂ ਨੇ ਮੋਟਰਸਾਈਕਲ ਬੰਦ ਨਹੀਂ ਕੀਤਾ ਅਤੇ ਗੱਲਾਂ ਕਰਦੇ ਰਹੇ। ਥਾਣੇਦਾਰ ਦੀ ਵਰਦੀ 'ਚ ਸਿੰਘ ਨੇ ਮੋਢੇ 'ਤੇ ਸਟੇਨਗਨ ਲਟਕਾਈ ਹੋਈ ਸੀ ਅਤੇ ਘਰ ਦੇ ਆਲੇ ਦੁਆਲੇ ਦੇਖ ਰਿਹਾ ਸੀ। ਦੂਜੇ ਸਿੰਘ ਨੇ ਰੋਸ਼ਨ ਸਤਾਰੇ ਨਾਲ ਗੱਲਬਾਤ ਕਰਦਿਆਂ ਕਿਹਾ, ਸਰ ਤੁਹਾਨੂੰ ਸੰਤ ਭਿੰਡਰਾਂ ਵਾਲਿਆਂ ਦੀ ਹਿੱਟ ਲਿਸਟ 'ਤੇ ਕਿਹਾ ਜਾਂਦਾ ਹੈ, ਘਰੋਂ ਬਹੁਤਾ ਬਾਹਰ ਨਾ ਨਿਕਲੋ। ਰੋਸ਼ਨ ਸਤਾਰੇ ਨੇ ਸ਼ੀਖੀ ਮਾਰਦਿਆਂ ਕਿਹਾ, ਭਿੰਡਰਾਂ ਵਾਲਾ ਕੀ ਕਰ ਸਕਦਾ ਹੈ, ਇਹ ਸਿੱਖ ਡਰਪੋਕ ਨੇ, ਇਹਨਾਂ ਨੇ ਸਾਡੇ ਪਿਆਰੇ ਸਤਿਗੁਰੂ ਗੁਰਬਚਨ ਨੂੰ ਉਹਨਾਂ ਦੇ ਘਰ ਦਿੱਲੀ 'ਚ ਸ਼ਹੀਦ ਕੀਤਾ, ਜੇ ਸਾਨੂੰ ਦੱਸ ਕੇ ਆਉਂਦੇ ਤਾਂ ਅਸੀਂ ਉਹਨਾਂ ਨੂੰ ਕਦੇ ਵੀ ਆਪਣੇ ਸਤਿਗੁਰੂ ਦਾ ਕਤਲ ਨਾ ਕਰਨ ਦਿੰਦੇ। ਉਹਨਾਂ ਨਾਲ ਉਹੀ ਸਲੂਕ ਹੋਣਾ ਸੀ ਜੋ ਅੰਮ੍ਰਿਤਸਰ ਵਿੱਚ ਵਿਸਾਖੀ ਵਾਲੇ ਦਿਨ 13 ਸਿੱਖਾਂ ਨਾਲ ਹੋਇਆ ਸੀ। ਫਿਰ ਇੱਕ ਸਿੰਘ ਨੇ ਉਹਦੀ ਗੱਲ ਟੋਕਦਿਆਂ ਕਿਹਾ, ਬਸ ਹੁਣ ਤੂੰ ਸੰਤ ਜੀ ਦੇ ਵਿਰੁੱਧ ਹੋਰ ਸ਼ਬਦ ਬੋਲਣ ਦੀ ਹਿੰਮਤ ਨਾ ਕਰੀਂ। ਉੱਧਰੋਂ ਦੂਜੇ ਸਿੰਘ ਨੇ ਰੋਸ਼ਨ ਸਤਾਰੇ ਦੀ ਪਿੱਠ 'ਤੇ ਸਟੇਨਗਨ ਤਾਣ ਦਿੱਤੀ ਅਤੇ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਿੰਘ ਹਾਂ। ਇਹ ਕਹਿ ਕੇ ਸਿੰਘਾਂ ਨੇ ਗੋਲੀ ਚਲਾ ਦਿੱਤੀ ਅਤੇ ਰੋਸ਼ਨ ਸਤਾਰੇ ਨੂੰ ਨਰਕਾਂ ਨੂੰ ਤੋਰ ਦਿੱਤਾ। ਇਸ ਤੋਂ ਬਾਅਦ ਤਿੰਨੇ ਸਿੰਘ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੀ ਵਰਦੀ 'ਚ ਭਾਈ ਸੁਰਿੰਦਰ ਸਿੰਘ ਸੋਢੀ, ਭਾਈ ਲਾਭ ਸਿੰਘ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਕੱਕੜ ਨੇ ਇਸ ਮਿਸ਼ਨ ਨੂੰ ਨੇਪਰੇ ਚਾੜਿਆ। ਪਾਪੀ ਨੂੰ ਸੋਧਣ ਦੀ ਖੁਸ਼ੀ 'ਚ ਸਿੰਘ ਗੋਲੀਆਂ ਚਲਾਉਂਦੇ ਹੋਏ ਬੁਲਟ ਮੋਟਰਸਾਈਕਲ 'ਤੇ ਫਰਾਰ ਹੋ ਗਏ। ਪੰਜਾਬ ਪੁਲਿਸ ਦੇ DSP ਗੁਰਬਚਨ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕਰੀਬੀ ਮਿੱਤਰ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਗ੍ਰਿਫਤਾਰ ਕੀਤਾ। ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ਼ ਇਲਜ਼ਾਮ ਕਬੂਲ ਕਰਾਉਣ ਦੀ ਕੋਸ਼ਿਸ਼ ਵਿੱਚ ਉਹਨਾਂ ਦਾ ਬਹੁਤ ਸਾਰਾ ਸਰੀਰ ਸਾੜ ਦਿੱਤਾ, ਪਰ ਭਾਈ ਕੁਲਵੰਤ ਸਿੰਘ ਨਾਗੋਕੇ ਡਟੇ ਰਹੇ ਅਤੇ ਸੰਤ ਭਿੰਡਰਾਂ ਵਾਲਿਆਂ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ। ਭਾਈ ਕੁਲਵੰਤ ਸਿੰਘ ਨਾਗੋਕੇ ਦੇ ਸਾਹਮਣੇ ਪੁਲਿਸ ਦੀਆਂ ਸਾਰੀਆਂ ਚਾਲਾਂ ਫੇਲ ਹੋ ਗਈਆਂ। ਪੁਲਿਸ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਲੈ ਗਈ ਅਤੇ ਭਾਈ ਨਾਗੋਕੇ ਨੂੰ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। ਅਗਲੇ ਦਿਨ DSP ਗੁਰਬਚਨੇ ਨੇ ਅਖਬਾਰਾਂ ਨੂੰ ਇੱਕ ਬਿਆਨ ਦਿੱਤਾ ਜਿਸ 'ਚ ਉਸਨੇ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਖਤਰਨਾਕ ਅੱਤਵਾਦੀ ਦੱਸਿਆ। DSP ਗੁਰਬਚਨੇ ਨੇ ਦੱਸਿਆ ਕਿ ਭਾਈ ਕੁਲਵੰਤ ਸਿੰਘ ਨਾਗੋਕੇ ਪੰਜਾਬ ਪੁਲਿਸ ਨਾਲ ਇੱਕ ਜ਼ਬਰਦਸਤ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਸ਼ਹੀਦ ਕਰਕੇ DSP ਗੁਰਬਚਨੇ ਨੇ ਝੂਠੇ ਮੁਕਾਬਲਿਆਂ ਦਾ ਦੌਰ ਸ਼ੁਰੂ ਕੀਤਾ ਜਿਸ ਵਿੱਚ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ। ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਦੇਹ ਦਾ ਸੰਸਕਾਰ ਸੰਤ ਭਿੰਡਰਾਂ ਵਾਲਿਆਂ ਨੇ ਆਪ ਆਪਣੇ ਹੱਥੀਂ ਕੀਤਾ ਸੀ। ਸੰਤ ਭਿੰਡਰਾਂ ਵਾਲੇ ਅਕਸਰ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹੀਦੀ ਦਾ ਬਦਲਾ ਲੈਣ ਦੀ ਗੱਲ ਕਰਦੇ ਰਹਿੰਦੇ ਸਨ। DSP ਗੁਰਬਚਨਾ ਦਲੇਰ ਸਿੰਘਾਂ ਨੂੰ ਮਾਰ ਰਿਹਾ ਸੀ ਅਤੇ ਖਾਲਸਾ ਪੰਥ ਇਸ ਦੁਸ਼ਟ ਨੂੰ ਸੋਧਣ ਦੀ ਯੋਜਨਾ ਬਣਾ ਰਿਹਾ ਸੀ। ਸੰਤ ਜਰਨੈਲ ਸਿੰਘ ਜੀ ਨੇ ਵੀ ਸਪਸ਼ਟ ਕੀਤਾ ਸੀ ਕਿ DSP ਗੁਰਬਚਨੇ ਨੂੰ ਸੋਧਣਾ ਹੈ
ਅਤੇ ਜਲਦੀ ਹੀ ਮੋਟਰਸਾਈਕਲ ਸਵਾਰ ਸਿੰਘਾਂ ਨੇ ਆਪਣਾ ਸ਼ਿਕਾਰ ਲੱਭਣਾ ਸ਼ੁਰੂ ਕਰਤਾ। ਡੀ ਐੱਸ ਪੀ ਗੁਰਬਚਨੇ ਦਾ ਸ਼ਿਕਾਰ ਕਰਨ ਦੇ ਨਾਲ ਨਾਲ ਸਿੰਘਾਂ ਨੂੰ ਉਸਦੇ ਸੱਜੇ ਹੱਥ ਮੱਖਣ ਹੌਲਦਾਰ ਦੀ ਭਾਲ ਸੀ। ਸਿੰਘਾਂ ਦੇ ਕਾਤਲ ਦੋਵੇਂ ਅੰਮ੍ਰਿਤਸਰ ਵਿੱਚ ਹੀ ਸਨ। ਮੱਖਣ ਹੌਲਦਾਰ ਉਹਨਾਂ ਬੰਦਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਭਾਈ ਕੁਲਵੰਤ ਸਿੰਘ ਨਾਗੂਕੇ ਨੂੰ ਬੇਰਹਿਮੀ ਨਾਲ ਤਸੀਹੇ ਦਿੱਤੇ ਸੀ। ਮੱਖਣ ਹੌਲਦਾਰ ਅੰਮ੍ਰਿਤਸਰ ਦੇ ਪੁਤਲੀ ਘਰ ਇਲਾਕੇ 'ਚ ਰਹਿੰਦਾ ਸੀ। ਭਾਈ ਸੁਰਿੰਦਰ ਸਿੰਘ ਸੋਢੀ ਅਤੇ ਭਾਈ ਲਾਭ ਸਿੰਘ ਉਸੇ ਇਲਾਕੇ ਵਿੱਚ ਕਿਰਾਏ ਦੇ ਮਕਾਨ 'ਚ ਰਹਿਣ ਲੱਗੇ ਅਤੇ ਨੇੜੇ ਦੇ ਇੱਕ ਹੋਟਲ ਤੋਂ ਖਾਣਾ ਖਾਂਦੇ ਸਨ। ਭਾਈ ਸੁਰਿੰਦਰ ਸਿੰਘ ਸੋਢੀ ਨੇ ਸਭ ਨੂੰ ਦੱਸਿਆ ਹੋਇਆ ਸੀ ਕਿ ਉਹ ਇੱਕ ਟਰੱਕ ਡਰਾਈਵਰ ਹੈ। 26 ਸਤੰਬਰ 1983 ਨੂੰ ਮੱਖਣ ਹੌਲਦਾਰ ਉਸੇ ਹੋਟਲ 'ਚ ਆਇਆ ਜਿੱਥੇ ਭਾਈ ਸੁਰਿੰਦਰ ਸਿੰਘ ਸੋਢੀ ਅਤੇ ਭਾਈ ਲਾਭ ਸਿੰਘ ਖਾਣਾ ਖਾ ਰਹੇ ਸਨ। ਭਾਈ ਸੁਰਿੰਦਰ ਸਿੰਘ ਸੋਢੀ ਨੇ ਮੱਖਣ ਹੌਲਦਾਰ ਨੂੰ ਲਲਕਾਰ ਕੇ ਕਿਹਾ ਕਿ ਜੇ ਭੱਜ ਸਕਦਾ ਤਾਂ ਭੱਜ ਲੈ, ਅਸੀਂ ਤੈਨੂੰ ਗੱਡੀ ਚੜ੍ਹਨ ਆਏ ਹਾਂ। ਮੱਖਣ ਹੌਲਦਾਰ ਨੇ ਹੋਟਲ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਈ ਲਾਭ ਸਿੰਘ ਨੇ ਆਪਣੇ ਰਿਵਾਲਵਰ ਨਾਲ ਮੱਖਣ ਹੌਲਦਾਰ ਦੇ ਮੋਢੇ 'ਤੇ ਗੋਲੀ ਮਾਰੀ। ਮੱਖਣ ਹੌਲਦਾਰ ਭੱਜ ਕੇ ਹੋਟਲ 'ਚੋਂ ਬਾਹਰ ਨਿਕਲ ਗਿਆ। ਸਿੰਘਾਂ ਨੇ ਉਸਦਾ ਪਿੱਛਾ ਕੀਤਾ। ਭਾਵੇਂ ਮੱਖਣ ਹੌਲਦਾਰ ਦੇ ਮੋਢੇ 'ਚ ਗੋਲੀ ਲੱਗੀ ਸੀ, ਫਿਰ ਵੀ ਉਹ ਸਿੰਘਾਂ ਨੂੰ ਗਾਲਾਂ ਕੱਢਦਾ ਰਿਹਾ। ਭਾਈ ਲਾਭ ਸਿੰਘ ਨੇ ਮੱਖਣ ਹੌਲਦਾਰ ਦੇ ਮੱਥੇ 'ਤੇ ਛਾਤੀ 'ਚ ਗੋਲੀ ਮਾਰ ਕੇ ਉਹਨੂੰ ਮੌਤ ਦੀ ਗੱਡੀ ਚਾੜ ਦਿੱਤਾ। ਕਿਸੇ ਨੇ ਵੀ ਉਹਨੂੰ ਹਸਪਤਾਲ ਲੈ ਕੇ ਜਾਣ ਦੀ ਹਿੰਮਤ ਨਹੀਂ ਕੀਤੀ। ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹੀਦੀ ਦਾ ਬਦਲਾ ਲੈਣ ਤੋਂ ਬਾਅਦ ਭਾਈ ਸੁਰਿੰਦਰ ਸਿੰਘ ਸੋਢੀ ਅਤੇ ਭਾਈ ਲਾਭ ਸਿੰਘ ਮੋਟਰਸਾਈਕਲ 'ਤੇ ਫਰਾਰ ਹੋ ਗਏ। ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੇ ਹੋਰ ਜੁਝਾਰੂ ਐਕਸ਼ਨਾਂ ਬਾਰੇ ਜਲਦ ਹੀ ਇੱਕ ਹੋਰ ਵੀਡੀਓ ਸਾਂਝੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।